ਸਾਤ ਸੰਗਤ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੋ ਨਾਲ ਹੀ ਕਮੈਂਟ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣੀ ਸੋ ਆਓ ਸੁਣਦੇ ਹਾਂ ਇਹ ਨਵੀਂ ਵੀਡੀਓ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ ਜੈ ਮਾਤਾ ਦੀ ਸਾਰੀ ਹੀ ਸਾਤ ਸੰਗਤ ਨੂੰ ਸਜਦਾ ਸਲਾਮ ਅਦਾਬ ਤੁਹਾਡੇ ਆਪਣੀ ਸੂਫੀ ਗਾਇਕ ਵਿੱਕੀ ਵੱਲੋਂ ਕਬੂਲ ਕਰਿਓ ਪੀਰ ਪਾਸ਼ਾ ਜੀ ਨੂੰ ਮੰਨਣ ਵਾਲੇ ਸ਼ਰਧਾ ਪ੍ਰੇਮ ਰੱਖਣ ਵਾਲੇ ਸਾਰੇ ਹੀ ਸੇਵਾਦਾਰਾਂ ਨੂੰ ਪੀਰ ਪਾਸ਼ਾ ਜੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਸੇਵਾਵਾਂ ਕਰਵਾਉਂਦੇ ਰਹਿਣ ਸਦਾ ਹੀ ਕਿਰਪਾ ਬਣਾਈ ਰੱਖਣ ਸੋ ਦੇ ਲੋ ਅਰਦਾਸ ਸੋ ਆਓ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਕਿ ਇੱਕ ਚੰਗਾ ਸੇਵਾਦਾਰ ਕਿੱਦਾਂ ਬਣ ਸਕਦੇ ਹਾਂ ਸੋ ਪਹਿਲਾਂ ਵੀ ਆਪਾਂ ਆਪਣੇ ਚੈਨਲ ਤੇ ਇੱਕ ਬੋਲ ਕੇ ਵੀਡੀਓ ਪਾਈ ਸੀ ਸੋ ਉਸ ਵੀਡੀਓ ਨੂੰ ਬੜਾ ਹੀ ਸੇਵਾਦਾਰਾਂ ਵੱਲੋਂ ਪਿਆਰ ਸਤਿਕਾਰ ਬਖਸ਼ਿਆ ਗਿਆ ਸੋਹਣੇ ਸੋਹਣੇ ਸੁੰਦਰ ਸੁੰਦਰ ਕਮੈਂਟ ਕੀਤੇ ਗਏ ਸੋਹਣਾ ਦੇਵੀ ਪੀਰ ਪਾਸ਼ਾ ਜੀ ਕਿਰਪਾ ਕਰਨ ਤੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਬਖਸ਼ਿਆ ਸੋ ਆਓ ਆਪਾਂ ਸ਼ੁਰੂ ਕਰਨ ਲੱਗੇ ਹਾਂ ਕਿ ਇੱਕ ਚੰਗਾ ਸੇਵਾਦਾਰ ਕਿਵੇਂ ਬਣ ਸਕਦੇ ਹਾਂ ਸੇਵਾਦਾਰ ਤੋਂ ਭਾਵ ਸੇਵਾਵਾਂ ਕਰਨ ਵਾਲਾ ਆਪਨਾ ਛੱਡ ਦੂਜਿਆਂ ਲਈ ਜਿਉਣ ਵਾਲਾ ਮੋਹ ਮਾਇਆ ਲੋਭ ਹੰਕਾਰ ਚੁਗਲੀ ਨਿੰਦਿਆ ਤੋਂ ਦੂਰ ਰਹਿਣ ਵਾਲਾ ਅਤੇ ਹੋਰਾਂ ਦੇ ਦੁੱਖਾਂ ਤਕਲੀਫਾਂ ਵਿੱਚ ਸ਼ਾਮਿਲ ਹੋਣ ਵਾਲਾ ਸੇਵਾਦਾਰ ਇੱਕ ਚੰਗਾ ਸੇਵਾਦਾਰ ਕਹਾਉਂਦਾ ਹੈ ਜਿਹੜਾ ਹਮੇਸ਼ਾ ਹੀ ਮਾਲਕ ਤੋਂ ਸੇਵਾ ਦੀਆਂ ਘੜੀਆਂ ਮੰਗਦਾ ਰਹਿੰਦਾ ਹੈ ਪਰ ਅੱਜਕੱਲ੍ਹ ਕਈ ਭਗਤਾਂ ਤੋਂ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਮੈਂ ਤਾਂ ਹਰ ਵੀਰਵਾਰ ਜਾਂ ਹਰ ਰੋਜ਼ ਪੀਰ ਪਾਸ਼ਾ ਜੀ ਦੇ ਚਿਰਾਗ ਰੋਸ਼ਨ ਕਰਦਾ ਹਾਂ ਸੇਵਾ ਕਰਦਾ ਹਾਂ ਬਾਬਾ ਜੀ ਲਈ ਅਨੇਕਾਂ ਪ੍ਰਕਾਰ ਦੇ ਪਕਵਾਨ ਬਣਾ ਕੇ ਭੋਗ ਲਵਾਉਂਦਾ ਹਾਂ ਵਕਸ਼ ਲੈਣਾ ਇਦਾਂ ਦੀ ਸੇਵਾ ਵੀ ਅਹਿਸਾਨ ਦਾ ਰੂਪ ਲੈ ਕੇ ਸੇਵਾ ਵਿੱਚ ਨਹੀਂ ਗਿਣੀ ਜਾ ਸਕਦੀ ਕਿਉਂਕਿ ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਸਰਕਾਰਾਂ ਤੇ ਅਹਿਸਾਨ ਕਰ ਰਹੇ ਹਾਂ ਅਸੀਂ ਕਈ ਭਗਤਾਂ ਤੋਂ ਇਹ ਵੀ ਸੁਣਦੇ ਹੋਵਾਂਗੇ ਸੁਣਿਆ ਵੀ ਹੈ ਕਿ ਅਸੀਂ ਤਾਂ ਪੀਰਾਂ ਦੀ ਬਹੁਤ ਬੰਦਗੀ ਕੀਤੀ ਹੈ ਸਾਡੇ ਜਿੰਨੀ ਬੰਦਗੀ ਕੋਈ ਨਹੀਂ ਕਰ ਸਕਦਾ ਅਸੀਂ ਤਾਂ ਬਾਬਾ ਜੀ ਦੇ ਬਹੁਤ ਵੱਡਸ ਭਗਤ ਰਹੇ ਹਾਂ ਅਸੀਂ ਨੰਗੇ ਪੈਰੀ ਦਰਬਾਰਾਂ ਤੇ ਜਾਂਦੇ ਰਹੇ ਹਾਂ ਅਸੀਂ ਧੁੱਪ ਛਾਂ ਦੀ ਵੀ ਪਰਵਾਹ ਨਹੀਂ ਕੀਤੀ ਸਗੋਂ ਉਹ ਪੀਰਾਂ ਦੀ ਵਡਿਆਈ ਕਰਨ ਦੀ ਬਜਾਏ ਆਪਣੀ ਵਡਿਆਈ ਹੀ ਕਰਦੇ ਰਹਿੰਦੇ ਹਨ ਜੋ ਕਦੇ ਵੀ ਸੇਵਾ ਨਹੀਂ ਅਖਵਾ ਸਕਦੀ ਕਿਉਂਕਿ ਸੇਵਾਦਾਰ ਤਾਂ ਹਮੇਸ਼ਾ ਆਪਣੇ ਮਾਲਕ ਦੀ ਆਪਣੇ ਪੀਰ ਪਾਤਸ਼ਾਹ ਜੀ ਦੀ ਵਡਿਆਈ ਕਰਦਾ ਰਹਿੰਦਾ ਹੈ ਸੋ ਜੇ ਦੇਖੀ ਇੱਕ ਚੰਗੀ ਸੇਵਾ ਜੋ ਪ੍ਰਵਾਣ ਹੁੰਦੀ ਹੈ ਮੁਰਸ਼ਿਦ ਨੂੰ ਜਿਵੇਂ ਸੇਵਾ ਕਦੀ ਵੀ ਮੰਗਾ ਰੱਖ ਕੇ ਨਹੀਂ ਕਰਨੀ ਚਾਹੀਦੀ ਕਦੇ ਵੀ ਮੰਗ ਨੂੰ ਅੱਗੇ ਰੱਖ ਕੇ ਆਪਾਂ ਜੋ ਸੇਵਾ ਕਰਦੇ ਹਾਂ ਉਹ ਵੀ ਪਰਮਾਨ ਨਹੀਂ ਹੋਇਆ ਕਰਦੀ ਸਗੋਂ ਸੇਵਾਦਾਰਾ ਨੂੰ ਹਮੇਸ਼ਾ ਹੀ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ ਨਿਸ਼ਕਾਮ ਸੇਵਾ ਤੋਂ ਭਾਵ ਕਿ ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮੰਗ ਨਾ ਰੱਖੀ ਜਾਵੇ ਕਈ ਵਾਰ ਅਸੀਂ ਦਰਬਾਰਾਂ ਤੇ ਵੇਖਿਆ ਕਰਦੇ ਹਾਂ ਸੇਵਾਦਾਰਾਂ ਦੇ ਮੁਖ ਵਿੱਚੋਂ ਇਹ ਹੀ ਆਵਾਜ਼ਾਂ ਨਿਕਲਦੀਆਂ ਹਨ ਕਿ ਸਾਨੂੰ ਕੋਠੀਆਂ ਕਾਰਾਂ ਚਾਹੀਦੀਆਂ ਹਨ ਮਹਿਲ ਚਾਹੀਦੇ ਹਨ ਸੋਹਣੀਆਂ ਸੋਹਣੀਆਂ ਗੱਡੀਆਂ ਚਾਹੀਦੀਆਂ ਹਨ ਸੋ ਇਹ ਚੀਜ਼ਾਂ ਕੋਈ ਬਹੁਤਾ ਵੱਡਾ ਦਰਜਾ ਨਹੀਂ ਰੱਖਦੀਆਂ ਕਿਉਂਕਿ ਇਹ ਵਸਤੂਆਂ ਸਿਰਫ ਸੰਸਾਰਿਕ ਵਸਤੂਆਂ ਹਨ ਜੋ ਆਪਣੀ ਸੇਵਾ ਦੇ ਵਿੱਚ ਵਿਗੜਨ ਪੈਦਾ ਕਰਦੀਆਂ ਹਨ ਇਹਨਾਂ ਦੇ ਲਾਲਚ ਦੇ ਵਿੱਚ ਆ ਕੇ ਕਦੇ ਵੀ ਅਸੀਂ ਨਿਸਕਾਮ ਸੇਵਾ ਨਹੀਂ ਕਰ ਸਕਦੇ ਜੇ ਵੇਖਿਆ ਜਾਵੇ ਇਹ ਵਸਤੂਆਂ ਸਿਰਫ ਸੰਸਾਰ ਤੱਕ ਹੀ ਸੀਮਿਤ ਰਹਿੰਦੀਆਂ ਹਨ ਇਹ ਵਸਤੂਆਂ ਕਦੇ ਵੀ ਕਿਸੇ ਵੀ ਭਗਤ ਦੇ ਕਿਸੇ ਵੀ ਇਨਸਾਨ ਦੇ ਨਾਲ ਜਾਣ ਵਾਲੀਆਂ ਨਹੀਂ ਹਨ ਸਗੋਂ ਪੀਰ ਪਾਸ਼ਾ ਜੀ ਦੀ ਬੰਦਗੀ ਸੇਵਾ ਜੋ ਤਨ ਮਨ ਧਨ ਦੇ ਨਾਲ ਕੀਤੀ ਜਾਵੇ ਉਹੀ ਆਪਣਾ ਪਾਰਨ ਤਾਰਾ ਕਰਦੀ ਹੈ ਸੋ ਆਓ ਸਾਰੀ ਹੀ ਸਾਥ ਸੰਗਤ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਅਸੀਂ ਵੀ ਤੇਰੇ ਚੰਗੇ ਸੇਵਾਦਾਰ ਬਣ ਪਾਈਏ ਚੰਗੇ ਗੁਣਾਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਪਾਈਏ ਤੇਰੀ ਬੰਦਗੀ ਹਮੇਸ਼ਾ ਹੀ ਮੰਗਾਂ ਤੋਂ ਪਰੇ ਰਹਿ ਕੇ ਕਰ ਪਾਈਏ ਤੇਰੀ ਰਜ਼ਾ ਦੇ ਵਿੱਚ ਸਾਨੂੰ ਰਹਿਣਾ ਆ ਜਾਵੇ ਤੇਰੇ ਚੰਗੀ ਵੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਇਹ ਹੀ ਅਰਦਾਸ ਕਰਦੇ ਹਾਂ ਕਿ ਕਦੇ ਬੋਲ ਦੇ ਨਾ ਰਹਿ ਜਾਈਏ ਸੋ ਸਾਨੂੰ ਵੀ ਅਮਲ ਕਰਨਾ ਆ ਜਾਵੇ ਕਿਉਂਕਿ ਕਿਸੇ ਨੇ ਕਿਹਾ ਕਿ ਗੱਲ ਮੂੰਹ ਨਾਲ ਕਹਿਣੀ ਬੜੀ ਸੌਖੀ ਹੁੰਦੀ ਏ ਗੱਲ ਕਰਕੇ ਵਿਖਾਉਣੀ ਬੜੀ ਔਖੀ ਹੁੰਦੀ ਏ ਕਿਉਂਕਿ ਕਈ ਵਾਰ ਅਸੀਂ ਮੁੱਖ ਵਿੱਚੋਂ ਬੋਲ ਦੇਣਾ ਰਹਿ ਜਾਈਏ ਸਾਡੇ ਤੇ ਵੀ ਪੀਰ ਪਾਸ਼ਾ ਜੀ ਕਿਰਪਾ ਕਰਨ ਕਿ ਅਸੀਂ ਵੀ ਇਦਾਂ ਦੇ ਗੁਣਾਂ ਨੂੰ ਆਪਣੇ ਜੀਵਨ ਅੰਦਰ ਢਾਲ ਪਾਈਏ ਸੋ ਸਾਰੀ ਹੀ ਸਾਥ ਸੰਗਤ ਬਾਬਾ ਜੀ ਦੇ ਚਾਉਣ ਵਾਲੇ ਬਾਬਾ ਜੀ ਨੂੰ ਸ਼ਰਦਾ ਪ੍ਰੇਮ ਦੇ ਨਾਲ ਪੂਜਣ ਵਾਲੇ ਸਤਕਾਰ ਕਰਨ ਵਾਲੇ ਮੰਨਣ ਵਾਲੇ ਸਾਰੇ ਹੀ ਬਾਬਾ ਜੀ ਤੋਂ ਸਿਰਪੇ ਹੀ ਮੰਗ ਮੰਗਿਆ ਕਰੋ ਕਿ ਤੇਰੀ ਭਗਤੀ ਕਰਨ ਦਾ ਲਹਿਜਾ ਸਾਨੂੰ ਆ ਜਾਵੇ ਸੋ ਸਾਰੀ ਹੀ ਸਾਧ ਸੰਗਤ ਤੇ ਪੀਰ ਪਾਸ਼ਾ ਜੀ ਕਿਰਪਾ ਕਰਨ ਰਹਿਮਤ ਕਰਨ ਸੇਵਾਵਾਂ ਕਰਵਾਉਂਦੇ ਰਹਿਣ ਚਰਨਾਂ ਦੇ ਨਾਲ ਜੋੜੀ ਰੱਖਣ ਸਾਰੀ ਹੀ ਸਾਧ ਸੰਗਤ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ